ਸਾਰਾ ਕੋਠੀ ਵਧੀਆ ਸਨੀ ਇਨਕਲੇਵ ਸੈਕਟਰ 125 ਵਿੱਚ। ਇਹ ਕੋਠੀ 165 ਗਜ ਵਿੱਚ ਹੈ, 165 ਸਕੁਅਰ ਆਰਟ। ਗੱਡੀ ਦੀ ਫੁੱਲ ਪਾਰਕਿੰਗ ਹੈ, ਫੋਰਚੂਨਰ ਗੱਡੀ, ਵੱਡੀ ਗੱਡੀ ਆਰਾਮ ਨਾਲ ਲੱਗ ਸਕਦੀ ਹੈ। ਬਾਹਰ ਸਟੇਅਰ ਨੇ ਐਂਟਰੀ ਦੇ ਵਿੱਚ, ਸਟੇਅਰ ਰੇਲਿੰਗ ਵਿਦ ਗਲਾਸ ਸਟੇਅਰ ਦੇ ਉੱਪਰ ਲੱਗਿਆ ਹੋਇਆ। ਐਂਟਰੀ ਦੇ ਉੱਪਰ ਫਾਲ ਸੀਲਿੰਗ ਇੰਨੀ ਸ਼ਾਨਦਾਰ ਵੜਨ ਕੀਤੀ ਹੋਈ ਹੈ। ਗ੍ਰੀਨ ਏਰੀਆ ਵੀ ਦਿੱਤਾ ਹੋਇਆ। ਦੇਖੋ ਸਾਡਾ LED ਪੈਨਲ, ਵਾਲਪੇਪਰ, ਡਰਾਇੰਗ ਰੂਮ, ਫੁੱਲ ਵੁਡਨ ਵਰਕ ਕੀਤਾ ਹੋਇਆ ਕੋਠੀ 'ਚ। ਇਹ ਤੁਹਾਡੀ ਮਾਡਰਨ ਕਿਚਨ, ਹਾਈਡ੍ਰੋਲਿਕ ਬੋਕਸ, ਨੀਚੇ ਤੁਹਾਡੇ ਦੋ ਬੈਡਰੂਮ ਹੈ, ਖੁੱਲ੍ਹੇ ਖੁੱਲ੍ਹੇ ਹੈਗੇ ਹੈ ਬਹੁਤ। ਵਾਲਪੇਪਰ ਲੱਗਿਆ ਹੋਇਆ, ਫੋਲ ਸੀਲਿੰਗ ਹੈ, ਬਹੁਤ ਹੀ ਸ਼ਾਨਦਾਰ ਫੋਲ ਸੀਲਿੰਗ ਕੀਤੀ ਹੈ। LED ਪੈਨਲ, ਬਹੁਤ ਹੀ ਬੜੀਆ ਲੁੱਕ LED ਪੈਨਲ। ਫੁੱਲ ਕਵਰਸ ਦਿੱਤੇ ਹੋਏ ਆ, ਵਿਦ ਡਰੈਸਿੰਗ ਲਾਈਟਰ।
ये थोड़ा वॉशिंग एरिया, दूसरे कमरे में भी थोड़ा एलईडी पैनल बहुत ही शानदार बनया है। फोर सीलिंग विच वुड वर्क भी है, एलईडी लाइट्स लगी हैं, फुल कवर्स हैं, स्लाइडर डोर विद ड्रेसिंग, शानदार डोर है ना। वॉलपेपर अलग लग गया है, ऊपर ले चलते हैं। ਇੱਥੇ ਇੱਕ ਅਲੱਗ ਤਰ੍ਹਾਂ ਦਾ ਬੋਕਸ ਦਿੱਤਾ, ਜਿਹਨਾਂ ਕੋਲ ਦਸਤੇ ਕੁਛ ਆਪਾਂ ਕਿਤਾਬਾਂ ਵਗੈਰਾ ਲਗਾ ਸਕਦੇ ਹਾਂ, ਸਜਾਵਟ ਦਾ ਕੁਛ ਸਮਾਨ ਰੱਖ ਸਕਦੇ ਹਾਂ। ਜਿੱਦਾਂ ਉੱਪਰ ਵੀ ਆਪਾਂ ਕਿਚਨ ਪ੍ਰੋਪਰ ਬਣਾ ਕੇ ਸਾਰੀ ਦਿੱਤੀ ਹੋਈ ਹੈ। ਹਾਈਡਰੋਲਿਕ ਬੋਕਸ ਹੈ ਦੋ ਇਹਨਾਂ ਦੇ, कमरा है जो भी एलईडी पैनल थानू दिता है कमरे च। उपर थानू प्लस माइनस दिखती हुई है, मतलब फोर सीलिंग नहीं हैगी बट बहुत शानदार काम किया है। फोर सीलिंग हैगी है बट ਬਹੁਤ ਸ਼ਾਨਦਾਰ ਪੋਜ਼ਿੰਗ ਦਿੱਤੀ ਹੋਈ ਹੈ, ਪਲੱਸ ਮਾਈਨਸ ਹੈ ਪੋਜ਼ਿੰਗ 'ਚ। ਫਿਰ ਡਰੈਸਿੰਗ ਵਿਦ ਕਵਰਸ, ਇਹਦਾ ਤਾਂ ਉੱਪਰ ਵਾਸ਼ਰੂਮ ਅਟੈਚ ਹੈ, ਫੁੱਲੀ ਤਿਆਰ ਕਰਕੇ ਦਿੰਦੇ ਵਾਸ਼ਰੂਮ ਬਣਦੇ ਨੇ। ਬੈਕ ਸਾਈਡ ਤੁਹਾਡਾ ਕਿਚਨ ਏਰੀਆ, ਬੈਕ ਸਾਈਡ ਤੁਹਾਡਾ ਸਾਰਾ ਓਪਨ ਏਰੀਆ, ਥ੍ਰੀ ਬੀ ਐਚ ਕੇ ਵਿਲਾ। ਇੱਥੇ ਆਪਾਂ ਹੁਣ ਵੀਡੀਓ ਖਤਮ ਕਰਦੇ ਹਾਂ, ਬਾਕੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਇਹਦਾ ਰੇਟ ਪ੍ਰਾਈਜ਼ ਵਗੈਰਾ ਸਾਰਾ ਦੇ ਦਾਂਗੇ। ਓਕੇ ਬਾਏ ਫਰੈਂਡਸ।